अल्लाह अकबर, बिस्मिल्लाहिर्रहमानिर्रहीम। अस्सलाम अलैकुम जी, मैं मोहम्मद सरफराज। वक्त वक्त दी बात है जी, क्या मैं पाकिस्तान दे वक्त ताया जी सरदार मोहम्मद इन्हां दा मैं इंटरव्यू भी पाया। को 20-22 साल दे सी 1947 दे विच, पहलवानी करते रहे, वेट लिफ्टिंग करते रहे, जोर रुमाई ते बस, लेकिन हिम्मत हुण भी नहीं छड़ी, अपनी प्रैक्टिस नहीं छड़ी। हाँ जी, सलाम अलैकुम ताया जी। की हाल आ? मैं फोटो बनाने लग पिया तुहाडी। ਮੈਂ ਤੁਹਾਡੀ ਫੋਟੋ ਬਣਾਉਣ ਲੱਗ ਪਿਆ। ਅੱਛਾ ਅੱਛਾ, ਬਣਾ ਲਓ। ਹਾਂਜੀ ਬਣਾਓ, ਜਿੰਨੇ ਮਰਜ਼ੀ ਬਣਾਓ। ਹਾਂਜੀ ਬਣਾ ਲਈ। ਮੈਂ ਕਿਹਾ ਦੇਖ ਲਓ, ਜਦੋਂ ਅਸੀਂ ਦੇਖਿਆ ਤਾਇਆ ਘੋੜੀ ਦੇ ਉੱਤੇ ਤੇ ਬੜਾ ਠੀਕ ਠਾਕ ਹੁੰਦਾ ਸੀ, ਟਾਈਮ ਟਾਈਮ ਦੀ ਗੱਲ ਹੈ। ਹਾਂਜੀ, ਅੱਜ ਨਫ਼ਰਤ ਆਉਂਦੀ ਹੈ? ਨਹੀਂ ਜੀ। ਹਾਂਜੀ, ਸਿਆਣਾ ਇੱਕ ਇਹ ਫਲ ਐਸਾ ਹੀ ਹੈ ਜੀ ਜਿਹੜਾ ਆਹ ਟਾਈਮ ਜਿਹੜਾ ਨਾ। ਹਾਂਜੀ, ਇਹ ਹਰ ਮੈਨੂੰ ਆਪ ਨਫ਼ਰਤ ਆਉਂਦੀ ਹੈ ਫੋਟੋ ਸ਼ਾਲੇ। ਉਹਦੀ ਵਜ੍ਹਾ ਹਾਂ, ਉਹਦੀ ਵਜ੍ਹਾ ਜਿਸ ਤਰ੍ਹਾਂ ਉੱਡਦੇ ਫੁੱਟਦੇ ਰਹੇ ਤੇ ਹੁਣ ਦੇਖ ਉਹ ਚਿਹਰਾ ਦੇਖੀ ਜਾਂਦਾ ਹੁਣ। ਹਾਂਜੀ ਹੈਂ ਜੀ, ਉਹ ਚਿਹਰਾ ਦੇਖੀ ਜਾਂਦਾ ਤੇ ਹੁਣ ਨਫ਼ਰਤ ਆਉਂਦੀ ਹੈ ਜੀ ਵੀ ਕੀ ਬਣ ਗਿਆ, ਕੀ ਹੋਇਆ। ਇਹ ਹਜੇ ਤੁਸੀਂ ਹਿੰਮਤ ਨਹੀਂ ਛੱਡਦੇ, ਤੁਸੀਂ ਜਿਹੜਾ ਤੁਰਦੇ ਫਿਰਦੇ ਆ, ਇਹੀ ਜਿਹੜਾ ਤੁਸੀਂ ਤੁਰੇ ਫਿਰਦੇ ਆ, ਇਹ ਬੜੀ ਗੱਲ ਆ। ਇਹ ਵੀ ਉਹਦਾ ਕਰਮ ਹੈ? ਹਾਂਜੀ, ਉਹਦਾ ਹੀ ਕਰਮ ਹੈ, ਉਹਦਾ ਕਰਮ, ਉਹਦਾ ਸਾਥ ਨਹੀਂ ਦੇ ਸਕਦੇ। ਹਾਂਜੀ ਹਵੇ, ਹਾਂਜੀ ਤੇ ਬੰਦੇ ਤੋਂ ਕਿਹਨੇ ਖਿੱਚਣਾ ਜੀ? ਠੀਕ ਆ ਗੱਲ। ਆਇਆ ਕਿ ਜਾਣਾ? ਮੈਂ ਜਾਇਆ ਜੀ, ਮੈਂ ਚਾਰ ਚੱਕਰ ਲਾ ਲਾ ਉਹਦੇ ਕਬਰਾਂ ਕਿਹੜਾ ਬਾਰਾ ਕਰ, ਉੱਥੇ ਵੀ ਜਾਣਾ ਹੁਣ ਮੈਂ, ਇੱਥੋਂ ਉੱਥੇ ਨੂੰ ਜਾਣਾ। ਹਾਂਜੀ, ਬਹੁਤ ਵਧੀਆ, ਮਾਸ਼ਾਅੱਲਾ ਜੀ, ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ, ਬੜਾ ਕੰਮ ਕੀਤਾ ਕਬਰਸਤਾਨ 'ਚ। ਹਵੇ, ਹਾਂਜੀ, ਇੱਕ ਬੰਦਾ ਤਾਂ ਸਾਡਾ ਉੱਥੇ ਰਹਿੰਦਾ। ਹਾਂਜੀ, ਮੁਰਖਾ ਦਾ। ਹਾਂਜੀ, ਚਲੋ ਹੁਣ ਮਿਹਨਤ ਜੋ ਕੀਤੀ ਆ ਬਸ ਜੀ, ਜਿਹਨੂੰ ਅੱਲਾ ਤੋਫੀਕ ਦਵਾਰਾ। ਹਾਂਜੀ, ਅਗਲੀ ਤਾਂ ਨਾ ਰਹੀ। ਹਾਂਜੀ, ਤੇ ਹੁਣ ਚਲੋ ਜੇ ਅੱਲਾ ਰੌਣਕ ਕਰ ਦੇਵੇ। ਆਮੀਨ ਹੋ ਜਾਣੀ ਜੀ। ਚੰਗਾ, ਅੱਛਾ ਜੀ, ਤਾਇਆ ਜੀ ਨੇ ਜੀ ਤਗਦੋ ਕਰਕੇ ਪਿੰਡ ਦੇ ਕਬਰਸਤਾਨ ਜਿਹੜਾ ਆ ਉਹਦੇ ਸਫਾਈ ਕਰਾਈ ਆ, ਦਰਖਤ ਲਵਾਏ ਆ, ਮੋਟੀਵੇਟ ਕੀਤਾ ਮੁੰਡਿਆਂ ਨੂੰ, ਅਤੇ ਬਹੁਤ ਵਧੀਆ ਕੰਮ ਹੋ ਗਿਆ। ਲੋਕ ਕਹਿੰਦੇ ਸੀ ਜੀ ਇਹ ਕੋਈ ਸਰਕਾਰੀ ਗ੍ਰਾਂਟ, ਕਹਿੰਦੇ ਸਰਕਾਰੀ ਗ੍ਰਾਂਟ ਕਾਹਦੇ ਵਾਸਤੇ, ਇਹ ਸਾਡੀਆਂ ਕਬਰਾਂ, ਸਾਡੇ ਬਜ਼ੁਰਗ, ਅਸੀਂ ਜਾਣਾ ਆਪ ਕਰਨਾ। ਅਤੇ ਇਸ ਵੇਲੇ ਯੂਨੀਅਨ ਕੌਂਸਲ ਦੇ ਵਿੱਚ ਸਭ ਤੋਂ ਅੱਛੀ ਪੁਜ਼ੀਸ਼ਨ ਇਹਦੀ ਹੈ, ਬਾਕੀ ਤਾਂ ਸ਼ਾਇਦ ਬਹੁਤ ਸੋਹਣੇ ਸੋਹਣੇ ਜਨਾਜ਼ਗਾਹ ਬਣੇ ਆ ਜੀ, ਸਭ ਕੁਛ ਬਿਹਤਰ ਆ, ਲੇਕਿਨ ਸਫਾਈ ਸੁਥਰਾਈ ਦੇ ਹਿਸਾਬ ਨਾਲ ਇਸ ਵੇਲੇ ਬਹਾਦਰ ਨਗਰ ਕੋਟ ਹਜਾਤ ਖਾਂ ਖੁਰਦ ਇੱਕ ਨੰਬਰ 'ਤੇ ਆ, ਅਤੇ ਇੱਕ ਨੰਬਰ 'ਤੇ ਆ ਸਾਡਾ ਕਬਰਸਤਾਨ। ਸਦਾ ਰਹਿ ਨਾਮ ਰੱਬ ਦਾ।